हां जी, वाहिगुरु जी का खालसा, वाहिगुरु जी की फतेह। इतिहास कौमां दी ओ रग हुंदी है जिहड़ी आउण वालियां पीढ़ियां नूं अपनी कौम नाल जोड़न ते उहदे लई मर मिटण लई सब तों वध जुड़ा पैदा करदी है। इसे लिए ही शातिर दिमाग हुकमराना ने हमेशा तो ही कलम नूं अपने काबू विच रख्या है ते अपनी मन मर्जी मुताबिक वरत्या है। फिर भावें उह अज तों सैकड़े साल पहलां दा अकबर होवे, जिहड़ा जालम पुणे च अपने पड़पोते औरंगजेब नालों कोई बाला घट नहीं सी, पर इतिहासिक लिखता अपने पक्ष विच लिखोण करके अज उसनू महान मन्या जांदा है। या फिर अज दी सेंटर सरकार ही वेख लो, मीडिया काबू च होण करके 84 वेले भी सानू ही दोषी मन्या गया ते अज भी वड्डी गिणती विच जनता, ईवन काफी खेतरां दे किसान भी सरकार नू सही ते किसानां नू ही गलत मानदे हन। ते ठीक इसे तरह ही तोड़ मरोड़ के अंग्रेजां ने पंजाब दी अंतिम महाराणी जिंद कौर दी इतिहास नू पेश कीता है। ਉਹਨਾਂ ਤੇ ਝੂਠੇ ਇਲਜ਼ਾਮ ਲਾ ਕੇ ਬਦਨਾਮ ਕੀਤਾ ਗਿਆ, ਫੌਜਾਂ ਦੀਆਂ ਹਾਰਾਂ ਅਤੇ ਬਗਾਵਤਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਈਵਨ ਇੱਕ ਸਮਾਂ ਤਾਂ ਇਹੋ ਜਿਹਾ ਆਇਆ ਜਦੋਂ ਉਹਨਾਂ ਨੂੰ ਨਾ ਤਾਂ ਦੇਸ਼ ਚੱਲਣ ਲਈ ਤਿਆਰ ਸੀ ਅਤੇ ਨਾ ਹੀ ਇੰਗਲੈਂਡ ਰੱਖਣਾ ਚਾਹੁੰਦਾ ਸੀ। ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਮਹਾਰਾਣੀ ਜਿੰਦਾਂ ਦੀ ਮੌਤ ਦੇ ਕਈ ਸਾਲਾਂ ਬਾਅਦ ਇਸ ਦੀ ਜ਼ਮੀਨੀ ਹਕੀਕਤ ਜਾਣਨ ਲਈ ਇੱਕ ਬੁੱਕ ਲਿਖੀ, ਬਿਰਦਾਂ ਦੇ ਬਿਆਨ। ਇਸ ਨੂੰ ਲਿਖਣ ਸਮੇਂ ਜਦੋਂ ਸੱਚ ਦੀ ਪੜਤਾਲ ਕਰਨ ਲਈ ਉਹਨਾਂ ਨੇ ਉਸ ਸਮੇਂ ਦੇ ਰਿਟਾਇਰ ਫੌਜੀਆਂ ਨਾਲ ਮੁਲਾਕਾਤ ਕੀਤੀ ਤਾਂ ਫੌਜੀਆਂ ਦੇ ਬਿਆਨ ਹੈਰਾਨ ਕਰ ਦੇਣ ਵਾਲੇ ਸਨ। ਉਹਨਾਂ ਦੇ ਸਾਹਮਣੇ ਹਕੀਕਤ ਨੂੰ ਕੁਝ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਸਿੱਖ ਰਾਜ 'ਚ ਹੋਣ ਵਾਲੇ ਹਰ ਮਾੜੇ ਕੰਮ ਲਈ ਉਹ ਮਹਾਰਾਣੀ ਜਿੰਦਾਂ ਨੂੰ ਹੀ ਦੋਸ਼ੀ ਮੰਨਦੇ ਸਨ। ਹਾਲਾਂਕਿ ਕੁਝ ਬਟਾਲੀਅਨ ਅੰਤ ਤੱਕ ਮਹਾਰਾਣੀ ਦੇ ਪੱਖ ਵਿੱਚ ਹੀ ਰਹੀਆਂ, ਪਰ ਬਹੁਤਿਆਂ ਤੱਕ ਤਾਂ ਅਸਲ ਹਕੀਕਤ ਨੂੰ ਪਹੁੰਚਣ ਹੀ ਨਹੀਂ ਦਿੱਤਾ ਗਿਆ। ਹਕੀਕਤ ਦੱਸਣ ਵਾਲੇ ਦੱਸਦੇ ਹਨ ਕਿ ਸੋਨੇ ਦੀਆਂ ਹੱਡੀਆਂ ਚੱਬਣ ਵਾਲੇ ਪਾਲਤੂ ਕੁੱਤਿਆਂ ਵਰਗੇ ਗੱਦਾਰ ਦਰਬਾਰੀਆਂ ਦੀ ਭੀੜ ਵਿੱਚੋਂ ਸਿਰਫ ਇੱਕ ਮਹਾਰਾਣੀ ਜਿੰਦ ਕੌਰ ਹੀ ਮਰਦ ਦਲੇਰਾਂ ਵਰਗਾ ਹੌਸਲਾ ਰੱਖਦੀ ਸੀ। ਸੋ ਅੱਜ ਆਪਾਂ ਇਸ ਵੀਡੀਓ ਵਿੱਚ ਇਸ ਮਹਾਨ ਬੀਬੀ, ਸਿੱਖ ਕੌਮ ਦੀ ਅੰਤਿਮ ਮਹਾਰਾਣੀ ਦਾ ਸੱਚਾ ਤੇ ਸਹੀ ਇਤਿਹਾਸ ਜਾਣਾਂਗੇ। ਪਰ ਸ਼ੁਰੂ ਕਰਨ ਤੋਂ ਪਹਿਲਾਂ, ਜੇ ਇਹ ਵੀਡੀਓ ਤੁਹਾਡੇ ਤੱਕ ਵਟਸਐਪ ਜਾਂ ਕਿਸੇ ਹੋਰ ਪਲੇਟਫਾਰਮ ਤੋਂ ਪਹੁੰਚਿਆ ਹੈ ਤਾਂ ਸਿੱਖ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਹੋਰ ਸ਼ਾਨਦਾਰ ਵੀਡੀਓਜ਼ ਦੇਖਣ ਲਈ YouTube ਤੇ ਆ ਕੇ ਸਕਸੈਸ ਦਾ ਰਾਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਕੇ ਆਲ ਬਟਨ ਤੇ ਕਲਿੱਕ ਕਰ ਦਿਓ। ਮਹਾਰਾਜਾ ਰਣਜੀਤ ਸਿੰਘ ਦੀਆਂ 16 ਰਾਣੀਆਂ 'ਚੋਂ ਸਿਰਫ ਉਹੀ ਸਨ ਜਿਨ੍ਹਾਂ ਤੋਂ ਅੰਗਰੇਜ਼ ਥਰ ਥਰ ਕੰਬਦੇ ਸਨ। ਸੰਖੇਪ ਵਿੱਚ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਮਰਕ ਬਿਸਤਰ 'ਤੇ ਪਿਆ ਨੇ ਆਪਣੇ 6 ਪੁੱਤਰਾਂ 'ਚੋਂ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਦਾ ਹੱਥ ਧਿਆਨ ਚੰਦ ਡੋਗਰੇ ਦੇ ਹੱਥ ਵਿੱਚ ਫੜਾ ਕੇ ਉਸ ਨੂੰ ਰਾਜਗੱਦੀ ਦਾ ਵਾਰਿਸ ਘੋਸ਼ਿਤ ਕੀਤਾ ਸੀ। ਪਰ ਡੋਗਰੇ ਤਾਂ ਆਪ ਰਾਜਗੱਦੀ ਦੇ ਮਾਲਕ ਬਣਨ ਨੂੰ ਫਿਰਦੇ ਸਨ, ਪਰ ਉਹਦੇ ਲਈ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਪੁੱਤਰਾਂ ਤੇ ਪੋਤਿਆਂ ਨੂੰ ਟਿਕਾਣੇ ਲਾਉਣਾ ਜ਼ਰੂਰੀ ਸੀ। ਇਸੇ ਲਈ ਫਿਰ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਵਿੱਚ ਕਦੇ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ ਸੀ, ਉਸੇ ਰਾਜ ਦਰਬਾਰ ਵਿੱਚ ਹੁਣ ਕਤਲਾਂ ਦੀ ਉਹ ਲੜੀ ਸ਼ੁਰੂ ਹੋ ਗਈ ਜਿਹਦਾ ਇਤਿਹਾਸ ਵਿੱਚ ਕੋਈ ਸਾਨੀ ਨਹੀਂ ਮਿਲਦਾ। ਹਰ 4-6 ਮਹੀਨੇ ਬਾਅਦ ਪਹਿਲੇ ਮਹਾਰਾਜੇ ਨੂੰ ਕਤਲ ਕਰ ਦਿੱਤਾ ਜਾਂਦਾ ਤੇ ਫਿਰ ਨਵੇਂ ਦਾ ਰਾਜ ਤਿਲਕ ਕਰਕੇ ਉਹਦੇ ਕਤਲ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਜਾਂਦੀ। ਇਸ ਸਾਰੇ ਵਰਤਾਰੇ ਤੇ ਇੱਕ ਡਿਟੇਲ ਵੀਡੀਓ ਆਲਰੇਡੀ ਮੈਂ ਇਸ ਚੈਨਲ ਤੇ ਅਪਲੋਡ ਕਰ ਚੁੱਕਿਆ ਹਾਂ। ਵੱਡੇ ਸਾਰੇ ਪੁੱਤਰ ਪੋਤਿਆਂ ਤੇ ਕਈ ਹੋਰ ਰਾਜ ਪਰਿਵਾਰ ਦੇ ਮੈਂਬਰਾਂ ਨੂੰ ਟਿਕਾਣੇ ਲਾਉਣ ਤੋਂ ਬਾਅਦ ਅਖੀਰ 'ਚ ਵਾਰੀ ਆਈ ਸਭ ਤੋਂ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ, ਜਿਹਦੀ ਮਾਂ ਸੀ ਮਹਾਰਾਜਾ ਰਣਜੀਤ ਸਿੰਘ ਦੀ ਅਖੀਰਲੀ ਪਤਨੀ ਮਹਾਰਾਣੀ ਜਿੰਦ ਕੌਰ। ਆਪਣੀ ਸੁੰਦਰਤਾ ਤੇ ਪ੍ਰਭਾਵੀ ਸ਼ਖਸੀਅਤ ਕਰਕੇ ਜਿੰਦ ਕੌਰ ਦੀ ਕਿਸਮਤ ਉਦੋਂ ਪਲਟੀ ਜਦੋਂ ਸਰਕਾਰੀ ਕੁੱਤਿਆਂ ਦੇ ਤਬੇਲੇ ਦੇ ਇੰਚਾਰਜ ਸਰਦਾਰ ਮੰਨਾ ਸਿੰਘ ਔਲਖ ਦੀ ਧੀ ਤੋਂ ਰਾਜ ਪਰਿਵਾਰ ਦੀ ਨੂੰਹ ਬਣ ਗਈ। ਉਸ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ 55 ਸਾਲ ਤੇ ਮਹਾਰਾਣੀ ਜਿੰਦ ਕੌਰ ਦੀ ਉਮਰ 18 ਸਾਲ ਸੀ। ਉੱਤੋਂ ਸੋਨੇ ਤੇ ਸੁਹਾਗਾ ਇਹ ਕਿ ਛੇਤੀ ਹੀ ਪਰਮਾਤਮਾ ਨੇ ਝੋਲੀ ਵਿੱਚ ਪੁੱਤਰ ਦੀ ਦਾਤ ਪਾ ਦਿੱਤੀ। ਪਰ ਇਸ ਵਿਆਹ ਦਾ ਨੈਗੇਟਿਵ ਪੁਆਇੰਟ ਇਹ ਵੀ ਸੀ ਕਿ ਵੱਡੀ ਉਮਰ ਦੇ ਪਤੀ ਨਾਲ ਵਿਆਹ ਕਰਨ ਤੋਂ ਬਾਅਦ ਸੁੱਖ ਜਿੰਨਾ ਮਰਜ਼ੀ ਮਿਲ ਜਾਵੇ, ਪਰ ਤੀਵੀ ਨੂੰ ਉਮਰ ਦੇ ਅਖੀਰਲੇ ਵਰਿਆਂ ਵਿੱਚ ਰੰਡੇਪਾ ਜ਼ਰੂਰ ਭੋਗਣਾ ਪੈਂਦਾ ਹੈ। ਸੋ ਹੁਣ ਕੰਡੀਸ਼ਨ ਇਹ ਹੈ ਕਿ ਮਹਾਰਾਣੀ ਨੂੰ ਪਤਾ ਸੀ ਕਿ ਇਸ ਸਮੇਂ ਰਾਜਗੱਦੀ ਮੇਰੇ ਪੁੱਤਰ ਲਈ ਮੌਤ ਦਾ ਫਰਮਾਨ ਹੈ, ਪਰ ਫਿਰ ਵੀ ਨਾ ਚਾਹੁੰਦੇ ਹੋਏ ਵੀ ਵੱਡਾ ਜਿਗਰਾ ਕਰਕੇ ਜਿੰਦਾਂ ਨੂੰ ਆਪਣੇ ਜਿਗਰ ਦੇ ਟੋਟੇ ਨੂੰ ਤਖ਼ਤ ਤੇ ਬਿਠਾਉਣਾ ਪਿਆ। ਪਰ ਮਹਾਰਾਣੀ ਨੇ ਹਾਲਾਤਾਂ ਨੂੰ ਗਲੇ ਲਾ ਮਹਾਰਾਜਾ ਦਲੀਪ ਸਿੰਘ ਦੀ ਕਾਰਜਕਾਰੀ ਬਣ ਕੇ ਰਾਜ ਦੀ ਬਾਗਡੋਰ ਸਾਂਭ ਲਈ। ਹੁਣ ਦਰਬਾਰ ਦੇ ਮੰਤਰੀ ਡੋਗਰੇ ਭਰਾ ਤੇ ਪੰਜਾਬ ਦੀ ਹੱਦ ਦੇ ਪਰਲੇ ਪਾਸੇ ਬੈਠੇ ਗੋਰੇ, ਦੋਵਾਂ ਦੇ ਰਾਹ ਵਿੱਚ ਬਸ ਇੱਕੋ ਰੁਕਾਵਟ ਸੀ, ਮਹਾਰਾਜਾ ਦਲੀਪ ਸਿੰਘ। ਤੇ ਉਹਨਾਂ ਨੂੰ ਪਤਾ ਸੀ ਕਿ ਜਿੰਨਾ ਚਿਰ ਇਹਦੀ ਮਾਂ ਮਹਾਰਾਣੀ ਜਿੰਦ ਕੌਰ ਦੇ ਨਾਲ ਹੈ, ਉਹਨੂੰ ਸਿੱਖਿਆ ਦੇ ਰਹੀ ਹੈ, ਦਲੀਪ ਸਿੰਘ ਨੂੰ ਗੱਦੀ ਤੋਂ ਲਾਇਆ ਜਾਂ ਭਰਮਿਤ ਨਹੀਂ ਕੀਤਾ ਜਾ ਸਕਦਾ। ਸੋ ਅੰਗਰੇਜ਼ਾਂ ਦੇ ਡੋਗਰੇ ਭਰਾਵਾਂ ਨੇ ਰਲ ਕੇ ਇਹਨਾਂ ਮਾਂ ਪੁੱਤਾਂ ਨੂੰ ਅੱਡ ਕਰਨ ਲਈ ਸਾਜ਼ਿਸ਼ ਰਚਦਿਆਂ ਹੌਲੀ ਹੌਲੀ ਰਾਜ ਦਰਬਾਰ ਦੇ ਸਾਰੇ ਦਰਬਾਰੀਆਂ ਨੂੰ ਖਰੀਦਣਾ ਸ਼ੁਰੂ ਕਰ ਦਿੱਤਾ। ਜਾਣ ਬੁੱਝ ਕੇ ਫੌਜਾਂ ਨੂੰ ਜੰਗਾਂ ਵਿੱਚ ਝੋਕਿਆ ਗਿਆ, ਦੁਸ਼ਮਣ ਨਾਲ ਰਣਨੀਤੀਆਂ ਬਣਾ ਕੇ ਹਜ਼ਾਰਾਂ ਪੁੱਤ ਮਰਾ ਦਿੱਤੇ ਤੇ ਜੰਗਾਂ ਹਰਵਾਈਆਂ ਗਈਆਂ।
फौज विच बगावतां करवाईयां गईयां ते सारे इल्जाम महाराणी जिंदा ते मर दिते गए। हुण एक दिन अपने महल च बैठी महाराणी कोल उन्हां दा भरा सुनेहा लेके पहुंचदा है कि महाराणी जी तुहानूं लाहौर छड्डण दा हुक्म जारी कर दिता गया है। महाराणी हैरान होके पुछदी है कि मेरा पुत्र महाराजा तां हजे छोटा है, नाले ओह तां परसों दा डोगरे भरावां नाल शिकार खेडण गया है, ओहदे तों इलावा मैनूं हुक्म देण वाला कौन हो सकदा है। भरा ने बड़े ही अफसोस नाल नजरां नीवियां करके कहा कि भैणे मेरीए, ए तां हुण तू भी जानदी है कि सारा लाहौर दरबार विक चुक्या है। हुण हुकमरान तेरा पुत नहीं गोरे हन ते उन्होंने ही दरबार चो मता पास करवाया है। ते एक दुख भरी गल तेनूं होर दसां तां भैणे, तेरा पुत्र दलीप कोई शिकार खेडण नहीं गया है, ओनू तां डोगरे इस लई लै गए हन तां जो मां पुत नूं हमेशा लई इक दूजे तों वक्ख कर दिता जावे। हुण तां तूं अपने लाडले पुत्र दा मुख शायद ही दोबारा जिंदगी च कदी वेख सके। ए बोल सुन के जिंदा दे पैरां हेठों जमीन खिसक गई, सदमे नाल उसका दिमाग घुम गया ते ओह बेहोश हो गई। उसनू बेहोश पई नूं ही पालकी विच पा के लाहौर तो लगभग 2 मील दूर सम्मन बुरज विच कैद कर दिता गया। ए कैद सिर्फ कुछ कु दिनां दा ट्रायल सी जनता दा रिएक्शन वेखण लई। इस लई फिर नजरबंद महाराणी नूं 1.5 लाख रुपए सालाना पेंशन ते 16 गोलियां दे के ए विखावा कीता गया कि असीं महाराणी दी रिस्पेक्ट तां करदे हां पर राज प्रबंध दी चिंता करके मजबूरी विच सानूं ए फैसला लेना पै रहा है। कोई भी सरकार वड्डा कदम चुक्कण लग्गियां पहला जनता दी रग टो के वेखदी है। तुसी की सोचते हो कि यह 3 काले कानून लागू करन दा फैसला सरकार ने रातों रात ले लिया सी? इस दे पिछे कई सालां दी प्लानिंग सी। पहला ग्रंथां दीयां बेअदबियां करवाईयां गईयां, बैंकां दे घोटाले करवाए गए, GST ते नोटबंदी वर्गे छोटे झटके दिते गए। जदों पता लग गया कि लत्तां बाहां ते सट्टां वज्जण दे बाद भी कोई कुछ नहीं बोल रहा, सारे गहरी नींद सुते पए हन। सारी तसली करन तो बाद सरकार ने साडी धौण ते वार कीता है। सो सारे दरबारी विक चुके सन, फौज तक सही गल पहुंच नहीं रही सी, इसलिए किसी ने भी विरोध नहीं किया। पर उन्हें महाराणी नूं दिखा दिता सी कि हुण बॉस कौन है। जदों किसी ने कोई खास रिएक्शन नहीं किया तो नैक्सट स्टैप कोई 10 दिन बाद महाराणी नूं 30 मील दूर शेखोपुरे के किले विच शिफ्ट कर दिता गया। इल्जाम ए लाया गया कि इत्थे रहिंदिआं विच चोरी छिपे राणी दीआं चिट्ठियां उहदे साथियां तक पहुंच रही हैं ते इह राज दी सुरक्षा लई ठीक नहीं है। इत्थे एक मंदभागी घटना होर वापरी। जिंदा भावें कैद विच सी पर उहदे हौंसले हजे भी महाराणियां वर्गे सन। पहरेदार दसदे सन कि हजे भी राज वापस लैण दीआं ते इत्थों आजाद होण दीआं प्लैनिंगां बणाउंदी रहिंदी सी। सो उसनूं मैंटली टॉर्चर करन लई सारीआं गोलियां दे सामणे एंजल ते स्पैनली नाम दीआं 2 गोरियां ने निर्वस्त्र करके महाराणी दी तलाशी लई। 1,44,000 मुरब्बा मील दी मालक 3 करोड़ जनता दी हुकमरान अज सब दे सामणे बिना वस्त्रां तों खड़ी सी। इस तरह वार वार कई जतना नाल महाराणी दा मनोबल तोड़न दीआं कोशिशां कीतीआं गईआं पर पहाड़ जिड्डे जेरे वाली महाराणी अजे भी अडोल खड़ी सी। उसनूं झोरा लगे रहिंदा सी ते बस अपने पुत्तर नाल विछोड़े दा। उधर पुत्तर भी मां विछोड़े विच सारा दिन रोंदा रहिंदा सी। गोरियां ने उसदे चेहरे पासे इहो जिहा वातावरण सिरज दित्ता सी कि हौली हौली ओह राजपाट तां दूर अपनी मां नूं भी भुल जावे। डॉक्टर लोगन दी कमांड हेठ मनोविज्ञान दे एक्सपर्टां दी एक पूरी टीम इस काम विच ला दित्ती गई सी। आखिर 10 साल दे बच्चे नूं किन्नी समझ हुंदी है। हौली हौली उसनूं इंडियन तों यूरोपियन ते सिख तों ईसाई बना दित्ता गया। उसदे केस कतल करके सोने दे बक्से विच लंडन क्वीन विक्टोरिया नूं तोहफे वजों भेजे गए। उधर पंजाब च भी अंग्रेजां ने अपनी कार्रवाई जारी रखी। 3rd move, महाराणी नूं शेखोपुरा दे किले चों कढ के पंजाब तों हजारां मील दूर बनारस दे चुनार फोर्ट विच ते फिर कुछ महीने बाद मिर्जापुर जेल भेज दित्ता गया। वार वार थावां बदल के ए सुनिश्चित कर लिया गया कि पंजाब नाल महाराणी दे सारे गुप्त संपर्क टुट जाण। पेंशन भी 1.5 लाख तों घटा के 48,000 ते फिर मसां 10,000 ही रह गई। 16 तों बस हुण महाराणी कोल इक्को गोली छानो ही रह गई सी जो उसदी बचपन दी साथी सी। दोवें इकट्ठियां जम्मियां पलियां खेडियां ते पढ़ियां पर किस्मत ने इक नूं महाराणी बना दिता पर उसने दूजी दा साथ नहीं छड्या। उसनूं परिवार समेत अपने नाल ही ले आई ते परिवार नूं शाही नौकरां विच भर्ती करवा दिता। अज पुत्तर तों विछड़े 1 साल तों भी वध हो गया है। आखिर सबर नूं किन्ना चिर बन लगदा। महाराणी सारा दिन पुत्तर वियोग विच रोंदी रहिंदी, शानो तों इह दुख वेख्या ना जांदा। गोरे महाराणी तो इन्ना डरदे सन के जिंदा नूं अपने कमरे चों भी निकलन दी इजाजत नहीं सी। पहरेदार नूं इह सख्त हुक्म सी कि बस उह सवेरे 1 वार 3 इंच चौड़ी खिड़की नूं खोल के आवाज़ सुन के कन्फर्म कर ले के महाराणी अंदर ही है। जिंदा दे हाल शानो तो बर्दाश्त ना हुंदे, कहन लगी कि महाराणी मैथों तुहाडा दुख वेख्या नहीं जांदा।
जे मैं किसी भी तरह तुहाडा दुख थोड़ा जिहा भी हौला कर सका तां मैनूं जरूर दस्सिओ। महाराणी कहन लगी कि शानो रस्ता तां है पर फिर मेरे नाल नाल तेरे भी दुखां दी कहानी शुरू हो जाऊगी। जद वार वार टोंट ते भी शानो पिछे ना हटी तां महाराणी ने जुगत नूं अंजाम दिता। एक दिन मौका वेख के उसने अद्धी रात नूं शानो नाल कपड़िया की अदला बदली कर ली ते बाहर जाके बूहा खड़काया तां संतरी ने बूहा खोल दिता क्योंकि छानो हर सवेरे मुंह नेरे महाराणी दे स्नान करन लई दरिया तो पानी लेके आउंदी सी। सो लाइटिंग अरेंजमेंट अज वर्गे तां हुंदे नहीं सी, संतरी पछाण ना पाया। जिंदा छेती दिने दरिया कंडे तक पहुंची ते अपनी गागर ते ठिब्बी जुत्ती दरिया दे कंडे ते ला दित्ती तां जो लगे जिवें इशनान करन गई दरिया विच रुड़ गई होवे। इस तों बाद जिंदा नंगे पैरी जंगल दे कंडीले राहां तों रामपुरे पत्तन वल वधी ते दिन दे पहले गेड़े बेड़ी च बैठ के दरिया पार कर गई। जमीन ते कदी कदी ही पैर रखन वाली महाराणी उह सारा दिन नंगे पैरी जंगल विच तुरी। संघने जंगल दे हनेरे विच तुरदिआं दिल भी कंबिया, शरीर ने भी कुछ चिर बाद जवाब दे दिता। जिंदा मसां 10-15 करमा तुरदी फिर बैठ के अपनियां लत्तां आप घुटदी ते फिर जी करड़ा करके तुर पैंदी। सारा दिन तुरदिआं तुरदिआं शाम 4 क वजे जाके जिंदा ने अपना सफर पूरा किया। पैरां चों कंडे आर पार हो गए सन, छाले बन के फिस गए सन ते बुरा हाल सी। इत्थे एक वड्डे मंदिर दे बूहे ते खड़ी महाराणी दी पुरानी दासी गोमती उसदी उड़ीक कर रही सी जिसनूं उसने गुप्त सुनेहा दे के किसी तरह उत्थे सद लिया सी। उसने महाराणी नूं पत्तल ते अरहर दी दाल ते चौल लिया के खवाए। 5 दिन गोमती किसी वैद तों जड़ी बूटियां लिया के महाराणी दे पैरां ते लाउंदी रही। जदों महाराणी दी हालत विच कुछ सुधार होया तां दोवें पंजाब दे राह पै गईआं। उधर जेल विच शानो ने इक्को बयान दिता जो सख्तियां सह के भी नहीं बदलिया कि महाराणी ने तां मेरे नाल भज्जण दी चर्चा कदी कीती ही नहीं सी। पिछली रात उसने मैनूं सुखा पिया के बेहोश कर दिता, उस तों बाद विच की होया मैं कुछ नहीं जानदी। मैनूं तां होश उदों आया जदों तुसीं मैनूं आके जगाया। गोरिया ने सोचा कि आखिर भज के जाऊगी तां पंजाब वल ही। उन्हां पंजाब नूं आउण वाले हर रात ते नाकाबंदी करवा दित्ती, हुण पंजाब जाणा तां पॉसिबल सी नहीं। महाराणी ने पुछया, गोमती तूं नेपाल दा राह जाणदी है? महाराणी जी, कुछ को जानती हाँ, कुछ पूछ लवांगे पर नेपाल जाके करांगे की? गोमती हुण पंजाब तां जा नहीं सकदे। नेपाल दा राजा जंग बहादुर बचपन वेले अपने मामे नाल कई वार लाहौर दरबार विच आया है। ओ महाराज रणजीत सिंह दा बड़ा सम्मान करदा सी, ओ अपनी मदद जरूर करूगा। इस लई फिर दोवें फकीरना दा भेस बना के रास्ता पुछ पछा के नेपाल दे राह पै गईआं। उधर अंग्रेजा ने महाराणी दी सूह देण ते भारी इनाम ऐलान दिता। इस लई फिर हर थां ते सूईए महाराणी दी भाल विच जुट गए। महाराणी ते गोमती हजे गोरखपुर दे पहाड़ी इलाके विच पहुंचिया ही सन कि एक सूईआ साधां दा पेस बना के उन्हां दा हमराह बन गया। हौली हौली नेड़ता वधाउंदा उह दोहां दे नाल आ रलिया पर महाराणी ने उस भेदी दी अख पड़ लई। आखिर इसे काबिलियत ने तां महाराजा रणजीत सिंह नूं एक सधारण परिवार दी कुड़ी दा कायल कर दिता सी। दोहां ने सलाह बना लई ते एक दिन जुगत बना के उसनूं दरिया विच धक्का मार दिता। जेड़े सज्जन कदी पहाड़ी इलाके विच गए होणगे जानदे होणगे कि पहाड़ां ते पानी कंढ़ियां तों बड़ा डूंघा ते बहुत तेज हुंदा है। अबल तां उहदे रुड़न दे पक्के आसार सन ते जे उह कोई तगड़ा तारू होया तां मील दो मील ते निकल भी आया, उदों तक तां आपां किते दे किते ही निकल जावांगे। इह सोच के दोवें फुरती नाल अगे वधियां। महाराणी दा शक बिलकुल ठीक सी, उह सूईआ तगड़ा तारू सी ते कुछ दूर ते बाहर निकल आया। उहने उसी समय तारां खड़का दित्तियां। ਵੱਡੀ ਗਿਣਤੀ ਵਿੱਚ ਫੌਜਾਂ ਨੇ ਆ ਕੇ ਜੰਗਲ ਨੂੰ ਘੇਰਾ ਪਾ ਲਿਆ ਤੇ ਜੰਗਲ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਜਦੋਂ ਚਾਰੇ ਪਾਸੇ ਭੱਜਣ ਦਾ ਕੋਈ ਰਾਹ ਨਾ ਦਿਸਿਆ ਤਾਂ ਦੋਵੇਂ ਇੱਕ ਥਾਂ ਤੇ ਲੁੱਕ ਕੇ ਬੈਠ ਗਈਆਂ। ਉਦੋਂ ਤੱਕ ਹਨੇਰਾ ਘੇਰਾਇਆ ਸੀ, ਦੋਵਾਂ ਨੂੰ ਹਰ ਇੱਕ ਪਲ ਜਗਦੀਆਂ ਮਸ਼ਾਲਾਂ ਨੇੜੇ ਆਉਂਦੀਆਂ ਦਿਸ ਰਹੀਆਂ ਸਨ। ਸ਼ਿਕਾਰੀ ਕੁੱਤਿਆਂ ਦੀਆਂ ਭੌਂਕਣ ਦੀਆਂ ਆਵਾਜ਼ਾਂ ਕੰਨਾਂ ਵਿੱਚ ਪੈ ਰਹੀਆਂ ਸਨ। ਦੋਨਾਂ ਨੂੰ ਹੁਣ ਬਚਣ ਦੇ ਕੋਈ ਆਸਾਰ ਨਹੀਂ ਦਿਸ ਰਹੇ ਸਨ, ਉਹਨਾਂ ਦਾ ਫੜਿਆ ਜਾਣਾ ਲਗਭਗ ਤੈਅ ਸੀ। ਇਸ ਤੋਂ ਬਾਅਦ ਕੀ ਮਹਾਰਾਣੀ ਇੱਥੋਂ ਨਿਕਲ ਕੇ ਭੱਜਣ ਵਿੱਚ ਕਾਮਯਾਬ ਹੋ ਗਈ? ਉਹਨਾਂ ਦੇ ਜੀਵਨ ਵਿੱਚ ਅੱਗੇ ਕੀ ਘਟਨਾਵਾਂ ਵਾਪਰੀਆਂ ਤੇ ਦਿਲੋ ਦਿਮਾਗ ਤੋਂ ਅੰਗਰੇਜ਼ਾਂ ਦੇ ਕਾਬੂ ਵਿੱਚ ਆ ਗਿਆ ਮਹਾਰਾਜਾ ਦਲੀਪ ਸਿੰਘ ਦੁਬਾਰਾ ਆਪਣੀ ਮਾਂ ਨਾਲ ਕਿਵੇਂ ਮਿਲਿਆ? ਇਹ ਸਾਰਾ ਕੁਝ ਜਾਣਾਂਗੇ ਇਸ ਵੀਡੀਓ ਦੇ ਅਗਲੇ ਪਾਰਟ ਵਿੱਚ। ਤੇ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਿੱਖ ਰਾਜ ਕਿਵੇਂ ਖਤਮ ਹੋਇਆ, ਕਿਸ ਤਰ੍ਹਾਂ ਦਰਬਾਰਾਂ ਵਿੱਚ ਸ਼ਰੇਆਮ ਕਤਲ ਹੋਏ, ਕਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਵੰਸ਼ ਨੂੰ ਇੱਕ ਇੱਕ ਕਰਕੇ ਕਤਲ ਕਰ ਦਿੱਤਾ ਗਿਆ, ਇਹ ਸਭ ਤੁਹਾਨੂੰ ਇਸ ਵੀਡੀਓ ਵਿੱਚ ਦੇਖਣ ਨੂੰ ਮਿਲ ਜਾਊਗਾ ਜੋ ਇਸ ਚੈਨਲ ਦਾ ਸਭ ਤੋਂ ਪਾਪੂਲਰ ਵੀਡੀਓ ਹੈ। ਕਿਸ ਤਰ੍ਹਾਂ ਗੋਰਿਆਂ ਨੇ ਡੋਗਰਿਆਂ ਨਾਲ ਰਲ ਕੇ ਪੰਜਾਬ ਨਾਲ ਧੋਖਾ ਕੀਤਾ, ਕਿਵੇਂ ਪੰਜਾਬ ਦੀ ਫੌਜ ਨੂੰ ਚੱਕਰਵਿਊ ਬਣਾ ਕੇ ਗੋਲੀਆਂ ਵਰਾ ਕੇ ਇੰਜ ਖਤਮ ਕੀਤਾ ਗਿਆ ਜਿਵੇਂ ਜੰਗਲ ਵਿੱਚ ਕਿਸੇ ਜਾਨਵਰ ਦਾ ਸ਼ਿਕਾਰ ਕੀਤਾ ਜਾਂਦਾ ਹੈ, ਇਹਦੇ ਤੇ ਵੀ ਇੱਕ ਕੰਪਲੀਟ ਵੀਡੀਓ ਬਣਿਆ ਹੈ, ਤੁਹਾਨੂੰ ਜ਼ਰੂਰ ਪਸੰਦ ਆਊਗਾ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਕਰਕੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਾਡੇ ਬੱਚਿਆਂ ਨੂੰ ਆਪਣੇ ਮਹਾਨ ਵਿਰਸੇ ਦਾ, ਸਾਡੇ ਇਤਿਹਾਸ ਦਾ ਪਤਾ ਲੱਗ ਸਕੇ।
किसानी संघर्ष नाल जुड़े अपडेट्स लई तुसी सानू इंस्टाग्राम ते फॉलो भी जरूर करियो ते अपने शहर दियां ते दिल्ली दियां किसानी संघर्ष नाल जुड़ियां फोटोज तुसी सानू इंस्टाग्राम ते शेयर जरूर करियो ते जान तो पहला कमेंट बॉक्स विच वाहेगुरु जी लिख के अपनी हाजिरी जरूर लवायो। वाहेगुरु जी का खालसा, वाहेगुरु जी की फतेह।